ਵੀਰ ਆ ਖੜੇ ਆ, ਤੂੰ ਕਰਦਾ ਨਾ ਅਸਲੇ ਤੇ ਆ ਖੜੇ ਆ ਲੈ ਆ ਫੜ ਕੇ ਖੜੇ ਵਾ ਚੌਂਕ ਚ ਆ ਗਾ ਭੋਰ ਦਾ ਚੌਂਕ ਆ ਜਾ ਤੇਰੇ ਤੇ ਦਮ ਹੈ ਰਣਜੀਤਿਆ ਤੂੰ ਵੀ ਆ ਜਾ ਲੈ ਆ ਜਿਹੜੇ ਤੇਰੇ ਬਦਮਾਸ਼ ਹੈਗੇ ਆ ਖੜੇ ਆ ਪੰਪ ਗੱਲ ਆ ਜਾ ਤੈਨੂੰ ਦੇਖਾਂ ਤੈਨੂੰ ਬਦਮਾਸ਼ ਨੂੰ ਨਾ ਛਾਤੀ ਦੀ ਛਾਣ ਨਹੀਂ ਬਣਾਤੀ ਅੱਜ ਆ ਜਾ ਆ ਖੜੇ ਆ ਲੈ ਕੇ ਆ ਦੇਖ ਚੌਂਕ ਚ ਭੋਰ ਦੇ ਚੌਂਕ ਚ ਆ ਜਾ ਦਾਨਿਸ਼ ਵੀਰ ਐਸ ਐਚ ਓ ਰਣਜੀਤਿਆ ਦਾਨਿਸ਼ ਵੀਰ ਐਸ ਐਚ ਓ ਹਰਜੋਤ ਮੈਂਸ ਭਗਵੰਤ ਮਾਨ ਆ ਜਾ ਖੜੇ ਚੌਂਕ ਚ ਲੈ ਕੇ ਕਰ ਦੇ ਨਾ ਪਰਚਾ 10 ਪਰਚਾ ਦੇਗਾ ਤੇਰੇ ਚ ਦਮ ਹੈ ਕਰਕੇ 10 ਪਰਚਾ ਤੂੰ ਤੈਨੂੰ ਦੇਖਾਂ ਤੈਨੂੰ ਆਹ ਜੇ ਬਦਮਾਸ਼ ਨੂੰ ਆ ਖੜੇ ਚੌਂਕ ਚ ਆ ਜਾ ਉਸ ਤੋਂ ਬਾਅਦ ਇਹਨੇ ਕੱਲ੍ਹ ਰਾਤ ਇੱਕ ਵੀਡੀਓ ਪਾਈ ਗਰਪਨ ਨਾਲ ਜੋ ਦੇਖਣ 'ਚੋਂ 315 ਹੋਰ ਲੱਗਦੀ ਹੈ ਰਾਈਟਰ ਅਤੇ ਉਹਦੇ ਨਾਲ ਇਹਨੇ ਵੀਡੀਓ ਪਾ ਕੇ ਸਿੱਧਾ ਮੈਨੂੰ ਅਤੇ ਇੱਕ ਜਿਹੜੇ ਉੱਥੇ ਦੇ ਐਕਸ ਸਰਪੰਚ ਹੈਗੇ ਨੇ ਰਣਜੀਤ ਅਤੇ ਬਾਕੀ ਇੱਕ ਮੰਤਰੀ ਸਾਹਿਬ ਅਤੇ ਇੱਕ CM ਸਾਹਿਬ ਉਹਨਾਂ ਨੂੰ ਬਾਏ ਨੇਮ ਲੈ ਕੇ ਇਹਨੇ ਕਹਿੰਦਾ ਵੀ ਮੈਂ ਤੁਹਾਡਾ ਛੱਲੀ ਕਰ ਦਿੰਦਾ ਸੀ ਮੈਂ ਅਤੇ ਇੱਕ ਮਤਲਬ ਕਿ ਧਮਕੀ ਦਿੱਤੀ ਅਤੇ ਵੈਪਨ ਇਹਦੇ ਕੋਲ ਸੀਗਾ ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਤੁਸੀਂ ਪੰਜਾਬ TV ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬੀ ਪਿੰਡ ਭਵੋਰ ਸਾਹਿਬ ਤੋਂ ਜਿੱਥੇ ਕਿ ਇੱਕ ਵਿਅਕਤੀ ਵੱਲੋਂ 315 ਬੋਰ ਦੀ ਰਫਲ ਨੂੰ ਹੱਥ ਵਿੱਚ ਪਕੜ ਕੇ ਚੌਂਕ ਦੇ ਵਿੱਚ ਖੜੇ ਹੋ ਕੇ ਸ਼ਰਿਆਮ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਨੰਗਲ ਥਾਣਾ ਦੇ ਮੁਖੀ ਦਾਨਿਸ਼ ਵੀਰ ਸਿੰਘ ਦੇ ਨਾਲ ਨਾਲ ਪਿੰਡ ਦੇ ਸਰਪੰਚ ਨੂੰ ਧਮਕੀ ਦਿੱਤੀ ਗਈ ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਪੁਲਿਸ ਨੇ ਹਰਕਤ ਦੇ ਵਿੱਚ ਆ ਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਮਾਨਯੋਗ ਅਦਾਲਤ ਵਿੱਚ ਉਸ ਨੂੰ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਹੈ ਤੇ ਆਓ ਵੇਖਦੇ ਹਾਂ ਕਿ ਆਖਿਰ ਕੀ ਹੈ ਪੂਰਾ ਮਾਮਲਾ ਕਿ ਆਖਿਰ ਕੌਣ ਹੈ ਇਹ ਵਿਅਕਤੀ ਕੀ ਕੰਮ ਕਰਦਾ ਹੈ ਅਤੇ ਪੁਲਿਸ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਨੰਗਲ ਦੇ ਪਿੰਡ ਭਵੋਰ ਸਾਹਿਬ ਤੋਂ ਵੱਡੀ ਖਬਰ ਆ ਰਹੀ ਹੈ ਇੱਕ ਵਾਇਰਲ ਹੋਈ ਵੀਡੀਓ ਦੇ ਆਧਾਰ ਉੱਤੇ ਨੰਗਲ ਪੁਲਿਸ ਨੇ ਪਿੰਡ ਭਵੋਰ ਸਾਹਿਬ ਵਾਸੀ ਹਰੀਸ਼ ਦੇ ਖਿਲਾਫ ਅਸਲਾ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਵਾਇਰਲ ਵੀਡੀਓ ਦੇ ਵਿੱਚ ਹਰੀਸ਼ ਨਾਂ ਦਾ ਨੌਜਵਾਨ ਹੱਥ ਦੇ ਵਿੱਚ 315 ਬੋਰ ਦੀ ਬੰਦੂਕ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਹਰਜੋਤ ਸਿੰਘ ਬੈਂਸ ਥਾਣਾ ਇੰਚਾਰਜ ਨੰਗਲ ਅਤੇ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੂੰ ਬੰਦੂਕ ਦੀ ਨੋਕ ਉੱਤੇ ਧਮਕੀਆਂ ਦੇ ਰਿਹਾ ਸੀ ਜਿਸ ਦੇ ਆਧਾਰ ਉੱਤੇ ਨੰਗਲ ਪੁਲਿਸ ਨੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਦੇ ਸਬ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਖਿਲਾਫ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਉਹ ਅਕਸਰ ਹੀ ਲੋਕਾਂ ਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਦਾ ਹੈ ਅਤੇ ਘਰਾਂ ਦੇ ਵਿੱਚ ਦਾਖਲ ਹੋ ਕੇ ਦਹਿਸ਼ਤ ਪੈਦਾ ਕਰਦਾ ਸੀ ਪਰ ਡਰ ਦੇ ਮਾਰੇ ਕੋਈ ਲਿਖਤੀ ਸ਼ਿਕਾਇਤ ਨਹੀਂ ਕਰਦਾ ਸੀ ਹੱਦ ਤਾਂ ਉਦੋਂ ਹੋ ਗਈ ਜਦੋਂ ਨੌਜਵਾਨ ਨੇ 315 ਬੋਰ ਦੀ ਬੰਦੂਕ ਚੁੱਕ ਕੇ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਪੰਜਾਬ ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਥਾਣਾ ਮੁਖੀ ਨੰਗਲ ਦਾਨਿਸ਼ਵੀਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਵੀਡੀਓ ਵਾਇਰਲ ਹੋ ਗਈ ਕੜੀ ਮੁਸ਼ਕਤ ਤੇ ਬਾਅਦ ਉਸ ਨੂੰ ਪਕੜ ਕੇ ਥਾਣੇ ਲਿਆਂਦਾ ਗਿਆ ਅਤੇ ਅਸਲਾ ਐਕਟ 393 186 506 ਅਤੇ IPC ਦੀ ਧਾਰਾ 294 ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਮਾਨਯੋਗ ਅਦਾਲਤ ਵੱਲੋਂ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਵੀਡੀਓ ਵਿੱਚ ਦਿਖਾਈ ਗਈ ਰਫਲ ਉਸਨੇ ਕਿੱਥੇ ਰੱਖੀ ਹੈ ਕਿਉਂਕਿ ਰਫਲ ਦੀ ਬਰਾਮਦਗੀ ਅਜੇ ਬਾਕੀ ਹੈ ਨੰਗਲ ਤੋਂ ਪੰਜਾਬ TV ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਜੀ ਕੱਲ ਆਪਾਂ ਨੂੰ ਨਾ ਵੈਸੇ ਪਹਿਲਾਂ ਬਹੁਤ ਦਿਨਾਂ ਤੋਂ ਪਿਛਲੇ ਜਿਹੜੀ ਕੰਪਲੇਂਟਸ ਆ ਰਹੀ ਸੀਗੀਆਂ ਲੋਕਾਂ ਦੀ ਵੀ ਇੱਕ ਵਿਅਕਤੀ ਹੈਗਾ ਉੱਥੇ ਹਰੀਸ਼ ਨਾਮ ਦਾ ਹੈਰੀ ਅਤੇ ਉਹ ਉੱਥੇ ਤੰਗ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਆਪਣੇ ਘਰਦਿਆਂ ਨੂੰ ਵੀ ਮਾਰ ਕੁੱਟ ਦਿੰਦਾ ਆ ਅਤੇ ਕਦੇ ਕਿਤੇ ਵੜ ਜਾਂਦਾ ਕਦੇ ਕਿਸੇ ਨੂੰ ਬਜ਼ੁਰਗਾਂ ਨੂੰ ਕੁੱਟ ਦਿੰਦਾ ਕਦੇ ਬੱਚਿਆਂ ਨੂੰ ਕੁੱਟ ਦਿੰਦਾ ਪਰ ਉਹਦੇ ਖਿਲਾਫ਼ ਕੋਈ ਕੰਪਲੇਂਟ ਨਹੀਂ ਕਰ ਰਿਹਾ ਸੀਗਾ ਅਤੇ ਅਸੀਂ ਪਿੰਡ ਵਾਲਿਆਂ ਨੂੰ ਵੀ 2-3 ਵਾਰ ਮੈਂ ਅਪਰੋਚ ਕੀਤੀ ਵੀ ਤੁਸੀਂ ਯਾਰ ਕੰਪਲੇਂਟ ਕਰੋ ਕੈਂਡਲੀ ਵੀ ਤਾਂ ਹੀ ਅਸੀਂ ਕੋਈ ਕਾਰਵਾਈ ਕਰਾਂਗੇ ਅਤੇ ਸਾਰੇ ਉਸ ਤੋਂ ਮਤਲਬ ਇੱਕ ਪਿੰਡ 'ਚ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਸੀਗਾ ਅਤੇ ਉਹਦੇ ਤਾਂ ਘਰ ਦੇ ਬਾਹਰੋਂ ਵੀ ਨਹੀਂ ਕੋਈ ਟੱਪਦਾ ਸੀ ਜੋ ਮੈਨੂੰ ਪਤਾ ਲੱਗਿਆ ਅਤੇ ਫਿਰ ਉਸ ਤੋਂ ਬਾਅਦ ਉਹ ਸਾਨੂੰ ਵੀ ਟੈਗ ਕਰਕੇ ਵੀਡੀਓ ਪਾਈ ਜਾਂਦਾ ਸੀਗਾ ਅਸੀਂ ਵੀ ਚਲੋ ਉਹਦੇ ਘਰਦਿਆਂ ਨੂੰ ਸਮਝਾਇਆ ਵੀ ਜੇ ਕੋਈ ਸਾਡੀ ਵੀ ਹੈਲਪ ਚਾਹੀਦੀ ਹੈ ਤੁਹਾਨੂੰ ਦੱਸੋ ਆਪਾਂ ਇਹਨੂੰ ਦਾਖਲ ਕਰਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਇਹਨੇ ਕੱਲ੍ਹ ਰਾਤ ਇੱਕ ਵੀਡੀਓ ਪਾਈ ਵੈਪਨ ਨਾਲ ਜੋ ਦੇਖਣ 'ਚੋਂ 315 ਬੋਰ ਜਿਹੜੀ ਲੱਗਦੀ ਹੈ ਰਾਈਫਲ ਅਤੇ ਉਹਦੇ ਨਾਲ ਇਹਨੇ ਵੀਡੀਓ ਪਾ ਕੇ ਸਿੱਧਾ ਮੈਨੂੰ ਅਤੇ ਇੱਕ ਜਿਹੜੇ ਉੱਥੇ ਦੇ ਐਕਸ ਸਰਪੰਚ ਹੈਗੇ ਨੇ ਰਣਜੀਤ ਅਤੇ ਬਾਕੀ ਇੱਕ ਮੰਤਰੀ ਸਾਹਿਬ ਅਤੇ ਇੱਕ CM ਸਾਹਿਬ ਉਹਨਾਂ ਨੂੰ ਬਾਏ ਨੇਮ ਲੈ ਕੇ ਇਹਨੇ
ਕਹਿੰਦਾ ਵੀ ਮੈਂ ਤੁਹਾਡਾ ਛੱਲੀ ਕਰ ਦੇਣਾ ਸੀ ਨਾ, ਅਤੇ ਇੱਕ ਮਤਲਬ ਕਿ ਧਮਕੀ ਦਿੱਤੀ ਅਤੇ ਵੈਪਨ ਇਹਦੇ ਕੋਲ ਸੀਗਾ। ਅਤੇ ਜਿਹਦੇ ਸੰਬੰਧ ਵਿੱਚ ਇਹ ਵੀਡੀਓ ਜਦ ਮੈਂ ਮੇਰੇ ਤੱਕ ਪਹੁੰਚੀ, ਰਾਤ ਮੈਂ ਕਸਤੇ ਸੀਗਾ, ਜਦੋਂ ਮੇਰੇ ਤੱਕ ਪਹੁੰਚੀ ਵੀਡੀਓ, ਫਿਰ ਅਸੀਂ ਜਾ ਕੇ ਵੀ ਕੋਈ ਅਣਸੁਖਾਵੀ ਘਟਨਾ ਉਹਨੂੰ ਵਾਪਰ ਜਾਵੇ ਪਿੰਡ ਤੋਂ ਕਿਸੇ ਨੂੰ, ਕਿਉਂਕਿ ਪਹਿਲਾਂ ਵੀ ਡੰਡੇ ਸੋਟੇ ਤਾਂ ਆਮ ਹੀ ਮਾਰ ਦਿੰਦਾ ਲੋਕਾਂ ਦੇ, ਮੈਂ ਕਿਸੇ ਦੇ ਕੋਈ ਵੱਡੀ ਕਾਰਵਾਈ ਨਾ ਕਰ ਦੇਵੇ। ਅਤੇ ਉਸੇ ਸੰਬੰਧ ਵਿੱਚ ਅਸੀਂ ਮੌਕੇ 'ਤੇ ਪਹੁੰਚੇ, ਜਿੱਥੇ ਬਹੁਤ ਹੀ ਜੱਦੋਜਹਿਦ ਤੋਂ ਬਾਅਦ ਇਹਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰਕੇ ਲੈ ਕੇ ਆਏ, ਅਤੇ ਇਹਦੇ 'ਤੇ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ, ਅਤੇ ਅੰਡਰ ਆਰਮਜ਼ ਐਕਟ 'ਤੇ ਜਿਹੜਾ 353, 186, 506, 294 IPC, ਅਤੇ ਹੋਰ ਵੀ ਇਹਦੇ ਖਿਲਾਫ਼ ਕੰਪਲੇਂਟਸ ਹੈਗੀਆਂ, ਉਹ ਵੀ ਬੰਦੇ ਆ ਰਹੇ ਨੇ, ਅਤੇ ਜੋ ਵੀ ਹੋਰ ਵੀ ਕਾਰਵਾਈ ਬਣੂਗੀ ਇਹਦੇ ਖਿਲਾਫ਼ ਉਹ ਵੀ ਕਰਾਂਗੇ। ਅਤੇ ਫਿਲਹਾਲ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਲਿਆ ਗਿਆ, ਇਹ ਤੋਂ ਵੈਪਨ ਜਿਹੜਾ ਹੈਗਾ ਉਹ ਰਿਕਵਰ ਕਰਾਉਣਾ ਹੈ, ਜਿਹੜਾ ਕਿਉਂਕਿ ਉਹ ਜਦ ਤੱਕ ਰਿਕਵਰ ਨਹੀਂ ਹੁੰਦਾ ਇੱਕ ਖਤਰੇ ਦਾ ਜਿਹੜਾ ਹੈਗਾ ਆ ਇਸ਼ੂ ਬਣਿਆ ਹੋਇਆ ਹੈ, ਤਾਂ ਉਹ ਵੈਪਨ ਰਿਕਵਰ ਕਰਾਵਾਂਗੇ ਇਸ ਤੋਂ। ਅਤੇ ਮੈਂ ਹੋਰ ਵੀ ਪਿੰਡ ਵਾਲਿਆਂ ਨੂੰ ਵੀ ਅਪੀਲ ਕਰਦਾ ਅਤੇ ਹੋਰ ਨੰਗਲ ਵਾਸੀਆਂ ਨੂੰ ਅਪੀਲ ਕਰਦਾ, ਜੇ ਇਹੋ ਜਿਹਾ ਕੋਈ ਵਿਅਕਤੀ ਹੈਗਾ ਤੁਸੀਂ ਉਹਦੇ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆਓ। ਪਹਿਲਾਂ ਤਾਂ ਉਹੀ ਵਿਅਕਤੀ ਮੇਰੇ ਕੋਲ ਫੋਨ ਕਰਕੇ ਆ ਕੇ ਮੈਨੂੰ ਕਹਿੰਦੇ ਸੀਗੇ ਵੀ ਸਰ ਵੀ ਇਹਦਾ ਕੋਈ ਹੱਲ ਕਰ ਦਿਉ, ਮੈਂ ਕਹਿੰਦਾ ਸੀ ਕੰਪਲੇਂਟ ਦਿਉ, ਕਹਿੰਦੇ ਅਸੀਂ ਕੰਪਲੇਂਟ ਨਹੀਂ ਦੇ ਸਕਦੇ, ਜਦ ਉਹਦਾ ਹੱਲ ਕਰਤਾ ਹੁਣ ਤੁਸੀਂ ਉਹਦੀ ਸਿਫਾਰਿਸ਼ ਲੈ ਕੇ ਆ ਰਹੇ ਹੋ। ਕਾਇੰਡਲੀ ਮੇਰੀ ਬੇਨਤੀ ਹੈ ਤੁਹਾਨੂੰ, ਆਪਾਂ ਸਾਰੇ ਜਣੇ ਕਿਉਂਕਿ ਇੱਕ ਪੀਸਫੁੱਲ ਮਾਹੌਲ ਬਣਾ ਕੇ ਰੱਖੀਏ, ਠੀਕ ਹੈ ਨਾ, ਹਰੇਕ ਬੰਦਾ, ਕਿਉਂਕਿ ਇਹ ਇਹਦੇ ਮੈਂ ਇਹਨੂੰ ਪੁੱਛਿਆ ਕੱਲ੍ਹ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਨੇ, ਕਹਿੰਦਾ 4 ਲੱਖ ਰੁਪਏ ਆ, ਠੀਕ ਹੈ ਨਾ, ਬਾਹਰੋਂ ਕਰਕੇ ਆਇਆ, ਨਾ ਉਰੇ ਕੋਈ ਕੰਮ ਕਰਦਾ, ਦਿਹਾੜੀ ਟੱਪਾ ਨਹੀਂ ਕਰਦਾ, ਕੁਛ ਨਹੀਂ ਕਰਦਾ ਹੈਗਾ, ਘਰਦਿਆਂ ਨੂੰ ਤੰਗ ਕਰਦਾ, ਘਰੇ ਵੀ ਨਹੀਂ ਰੋਟੀ ਖਾਂਦਾ, ਘਰਦੇ 'ਤੇ ਸ਼ੱਕ ਕਰਦਾ, ਬਾਹਰ ਰੋਟੀ ਖਾਂਦਾ, ਤਾਂ ਮਤਲਬ ਕਿ ਥੋੜ੍ਹਾ ਜਿਹਾ ਆਪਣੇ ਆਪ ਨੂੰ ਪਤਾ ਨਹੀਂ ਇਹਦੇ ਕਿੱਦਾਂ, ਮਤਲਬ ਕਿ ਜੋ ਮਾਇੰਡ ਸੈੱਟ ਹੈਗਾ ਜਾਂ ਕਿਸੇ ਦੀ ਚੱਕ ਚੁੱਕ 'ਚ ਆਇਆ ਹੋਇਆ ਸੀ,